ਪੂਰੇ ਜਗ 'ਤੇ ਵੱਸੇ ਹੋਏ ਪੰਜਾਬੀ ਪਿਆਰਿਓ, ਇਹਸਾਨ ਬਾਜਵਾ ਦਾ ਸਲਾਮ ਕਬੂਲ ਕਰੋ। ਅੱਜ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਲਿਆਣਾ ਜੱਟ ਕਬੀਲੇ ਦੇ ਬਾਰੇ 'ਚ। ਕਲਿਆਣਾ ਸੂਰਜਵੰਸ਼ੀ ਜੱਟਾਂ 'ਚ 1000 ਸਾਲ ਪੁਰਾਣਾ ਕਬੀਲਾ ਹੈ। ਕਲਿਆਣਾ ਦਾ ਮਤਲਬ ਹੁੰਦਾ ਹੈ ਸੂਰਜ ਵਰਗਾ। ਕਲਿਆਣਾ ਪੁੱਤਰ ਸੀ ਕੱਲ ਦਾ, ਪੋਤਰਾ ਸੀ ਸ਼ਿਸ਼ਪਾਲ ਦਾ ਅਤੇ ਪੜਪੋਤਾ ਸੀ ਅਰਚਕ ਦਾ। ਉਡਾਣਾ ਦੀ ਨਸਲੋਂ ਇਹ ਕਬੀਲਾ ਪੂਰੇ ਸਿੰਧ ਵਲਾਇਤ, ਈਰਾਨ, ਹਿੰਦੁਸਤਾਨ ਵਿੱਚ ਤਗੜੇ ਕਬੀਲੇ ਵਜੋਂ ਜਾਣਿਆ ਜਾਂਦਾ। ਇਹ ਲੋਕ ਜ਼ਰਤਸ਼ਤ, ਬੁੱਧ, ਜੀਨ, ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ 'ਚ ਮਿਲਦੇ ਨੇ। ਜੜ੍ਹਾਂ ਵਾਲੇ ਤੋਂ ਅਲੀ ਹਮਜ਼ਾ ਕਲਿਆਣਾ ਜੀ ਨੇ ਇਸ ਕਬੀਲੇ ਦੇ ਬਾਰੇ 'ਚ ਵੀਡੀਓ ਬਣਾਉਣ ਦੀ ਮੰਗ ਕੀਤੀ। ਇਹ ਲੋਕ ਪੰਜਾਬ ਵਿੱਚ ਸਰਦਾਰ, ਦੱਖਣੀ ਪੰਜਾਬ 'ਚ ਡੇਰਾ ਇਸਮਾਇਲ ਖਾਨ ਦੀ ਤਹਿਸੀਲ ਟਾਂਕ ਵਿੱਚ ਮਲਕ, ਹਿੰਦੁਸਤਾਨ ਵਿੱਚ ਆਰੀਆ ਮਹਿਰ ਸਦਾਉਂਦੇ ਨੇ। ਹਿੰਦੁਸਤਾਨ ਵਿੱਚ ਕਲਿਆਣਾ ਨਾਂ ਦਾ ਇੱਕ ਤਗੜਾ ਇਲਾਕਾ ਵੀ ਹੈ। ਜੱਗ ਜਾਣੇ ਗਾਇਕ ਮਹਿੰਦੀ ਹਸਨ ਇੱਕ ਇਸੇ ਇਲਾਕੇ ਤੋਂ ਆਏ ਸਨ। ਹਵਾਲਾ ਪੀੜ੍ਹੀ ਨਾਮਾ ਜੱਟ ਕਬਾਇਲ ਲਾਲ ਚੰਦ ਸਿੱਧਾ। ਹੁਣ ਅਸੀਂ ਵੇਖਦੇ ਹਾਂ ਵੀ ਹੋਰ ਕਿਹੜੇ ਤਾਰੀਖੀ ਤਜ਼ਕਰੇ ਅੰਦਰ ਕਲਿਆਣਾ ਜੱਟ ਕਬੀਲੇ ਦਾ ਜ਼ਿਕਰ ਮਿਲਦਾ ਹੈ। ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਅੰਦਰ ਈਡੀ ਮੈਕਲੇਗਨ ਅਤੇ ਐਚ ਏ ਰੋਜ਼ਰਾਂ ਕਲਿਆਣਾ ਦਾ ਮੁੱਢੋਂ ਜ਼ਿਕਰ ਤੱਕ ਨਹੀਂ ਕੀਤਾ। ਆਓ ਫਿਰ ਹੁਣ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਕਲਿਆਣਾ ਜੱਟ ਕਬੀਲੇ ਦਾ ਉਹ ਕੁਰਸੀਨਾਮਾ ਜਿਹੜਾ ਮੀਰਪੁਰ ਮਥੇਲਾ ਸਿੰਘ ਤੋਂ ਸਾਡੇ ਮਿੱਤਰ ਪਿਆਰੇ ਆਰੀਆ ਡਾਕਟਰ ਲਾਲ ਬਖਸ਼ ਨਾਇਚ ਮੱਲੀ ਜੱਟ ਨੇ ਸਾਡੇ ਨਾਲ ਸਾਂਝਾ ਕੀਤਾ। ਉਸ ਕੁਰਸੀਨਾਮੇ ਮੁਤਾਬਕ ਹਜ਼ਰਤ ਆਦਮ ਅਲੈਹਿ ਸਲਾਮ, ਜਿਨ੍ਹਾਂ ਨੂੰ ਹਿੰਦੀ 'ਚ ਸ਼ਿਵ ਸ਼ੰਕਰ ਅਤੇ ਮਹਾਦੇਵ ਆਖਿਆ ਗਿਆ, ਤੋਂ ਚੋਖਾ ਗੇਰੇ ਪੁੱਜ ਕੇ ਨਾਂ ਆਉਂਦਾ ਹਜ਼ਰਤ ਨੂਹ ਅਲੈਹਿ ਸਲਾਮ ਦਾ, ਜਿਨ੍ਹਾਂ ਨੂੰ ਦੂਸਰਾ ਮਨੂ ਆਖਿਆ ਗਿਆ ਹਿੰਦੀ 'ਚ, ਔਰ ਉਹਨਾਂ ਦੀ 270 ਗਜ਼ ਕਬਰ ਮੰਡਾ ਗੁਜਰਾਤ ਕਾਠੀਆਵਾੜੇ 'ਚ, ਅਤੇ ਉਸ ਜੂਹ ਵਿੱਚ ਉਹਨਾਂ ਨੂੰ ਮਨੂ ਮਹਾਰਿਸ਼ ਯਾਨੀ ਵੱਡੇ ਬੇੜੇ ਵਾਲਾ ਮਨੂ ਆਖਿਆ ਜਾਂਦਾ। ਉਹਨਾਂ ਦੀਆਂ ਦੋ ਬੀਵੀਆਂ 'ਚੋਂ 7 ਪੁੱਤਰ ਹੋਏ। ਉਹਨਾਂ ਦੀ ਪਹਿਲੀ ਬੀਵੀ ਸਨਹਾ ਦੇ ਕੁੱਖੋਂ 3 ਪੁੱਤਰ ਸਾਮ, ਹਾਮ ਅਤੇ ਯਾਫਸ ਹੋਏ। ਯਾਫਸ ਨੂੰ ਹਿੰਦੀ 'ਚ ਮਹੇਸ਼ ਵੀ ਆਖਿਆ ਗਿਆ, ਅਤੇ ਉਹਨਾਂ ਦੀ ਦੂਜੀ ਤਰੀਮਤ ਵਾਇਲਾ ਦੇ ਘਰ 4 ਪੁੱਤਰ ਕਨਾਨ, ਯਰਨ, ਹਰ ਹਰ ਅਤੇ ਅਜਮ ਹੋਏ। ਇਹ ਜਿਹੜੇ ਮਗਰਲੇ 4 ਪੁੱਤਰ ਸਨ ਨਾ ਜੀ ਉਹਨਾਂ ਦੇ, ਅਤੇ 5ਵੀਂ ਮਾਂ ਜਿਹੜੀ ਸੀ ਇਹ ਬੇਅਦਬ ਸਨ ਹਜ਼ਰਤ ਨੂਹ ਅਲੈਹਿ ਸਲਾਮ ਦੇ, ਉਹਨਾਂ ਦੇ ਬੇੜੇ 'ਚ ਨਾ ਬੈਠੇ ਅਤੇ ਤੂਫਾਨੇ ਨੂੰਹ ਦੇ ਵਿੱਚ ਗਰਕ ਹੋ ਕੇ ਬੇਨਿਸ਼ਾਨ ਹੋ ਗਏ। ਮੁੜ ਕੇ ਹਜ਼ਰਤ ਨੂਹ ਅਲੈਹਿ ਸਲਾਮ ਦੀ ਜਿਹੜੀ ਪਹਿਲੇ ਬੱਚੇ ਸਨ ਨਾ, ਪਹਿਲੀ ਬੀਵੀ ਸੀ, ਉਹਦੇ 'ਚ ਹੋਣ ਵਾਲੇ ਜਿਹੜੇ ਪੁੱਤਰ ਸਨ ਉਹਨਾਂ ਦੀ ਔਲਾਦ, 3 ਪੁੱਤਰਾਂ ਦੀ ਔਲਾਦ ਅੱਗੇ ਵਧੀ। ਸਾਮ ਦੀ ਔਲਾਦ ਸਾਮੀ ਨਸਲ ਸਦਾਈ ਅਤੇ ਏਸ਼ੀਆ 'ਚ ਵੱਸ ਗਈ, ਅਤੇ ਹਾਮ ਦੀ ਔਲਾਦ ਅਫਰੀਕਾ 'ਚ ਜਾ ਵਸੀ, ਅਤੇ ਯਾਫਸ ਜਾਂ ਜਿਹਨੂੰ ਮਹੇਸ਼ ਵੀ ਆਖਿਆ ਗਿਆ ਉਹਦੀ ਔਲਾਦ ਤੁਰਕੀ, ਚੀਨ ਅਤੇ ਯੂਰਪ ਦੇ ਵਿੱਚ ਜਾ ਵਸੀ। ਅੱਗੋਂ ਸਾਮ ਦੀ ਨਸਲ ਸਾਮੀ ਨਸਲ ਸਦਾਈ ਅਤੇ ਏਸ਼ੀਆ 'ਚ ਵੱਸ ਗਈ, ਹਾਮ ਦੀ ਔਲਾਦ ਅਫਰੀਕਾ 'ਚ ਜਾ ਵਸੀ, ਅਤੇ ਯਾਫਸ ਜਿਹਨੂੰ ਮਹੇਸ਼ ਵੀ ਆਖਿਆ ਗਿਆ ਉਹਦੀ ਔਲਾਦ ਤੁਰਕੀ, ਚੀਨ ਅਤੇ ਯੂਰਪ 'ਚ ਜਾ ਵਸੀ। ਅੱਗੋਂ ਸਾਮ ਦੇ ਪੁੱਤਰ ਹੋਏ ਅਫਕਾ ਸਿੰਧ, ਜਿਹਨੂੰ ਸਿੰਧ ਵੀ ਕਿਹਾ ਗਿਆ, ਈਸ਼ਵਰ ਜਿਹਨੂੰ ਹਿੰਦ ਕਿਹਾ ਗਿਆ, ਆਰਾਮ ਜਿਹਦੇ ਨਾਂ ਤੋਂ ਆਰਮੀਨੀਆ ਮੁਲਕ ਪਿਆ, ਅਸਵਰ ਜਿਹਦੇ ਨਾਂ ਤੋਂ ਫਾਰਸਾਬਾਦ ਹੋਇਆ, ਲੂਦ ਅਤੇ ਈਲਾਮ ਜਿਹਨੂੰ ਗਿਲਾਮ ਅਰਬਾਂ ਨੇ ਕਿਹਾ, ਅਤੇ ਮੂਰਚ। ਅੱਗੋਂ ਅਰਬਖਾ ਸਿੰਧ ਸਿੰਧ ਦੇ ਪੁੱਤਰ ਹੋਏ ਨੇ ਸੱਖਰ, ਪੱਖਰ, ਠੱਠਾ, ਹੋਲ, ਹਰਮੇਸ਼, ਅਮਰ, ਅਮਰ ਜਿਹਨੂੰ ਸਿਕੰਦਰ ਦੁਲ ਕੁਰਨੈਨ ਦੀ ਨਸਲ ਉੱਥੋਂ ਟੁਰੀ, ਡੱਗ ਇਹ ਗੈਰ ਆਰੀਆ ਨਸਲ ਦੱਸੀ ਜਾਂਦੀ, ਜਲੂਦਰ ਅਤੇ ਜਾਸ਼ਰ, ਜਾਸ਼ਰ ਦੀ ਨਸਲੋਂ ਲਾਉਜ਼ਰ ਹੋਇਆ, ਅਤੇ ਸਮੂਦ ਬਾਦਸ਼ਾਹ ਵੀ ਇਸੇ ਨਸਲੋਂ ਹੋਇਆ ਜਿਹਦਾ ਕੁਰਾਨ ਪਾਕ 'ਚ ਜ਼ਿਕਰ ਹੈ, ਅਤੇ ਸੰਮਾ ਖਾਨਦਾਨ ਜਿਹੜਾ ਜੱਟਾਂ ਦਾ ਉਹ ਵੀ ਇਸੇ ਖਾਨਦਾਨ 'ਚੋਂ ਆਇਆ। ਅਤੇ ਅਗਲਾ ਪੁੱਤਰ ਗੁਜਰਾਤ ਸੀ, ਜਿਹਦੇ 3 ਪੁੱਤਰ ਜੋਧ, ਬੀਕਾ ਅਤੇ ਜੈਸਲ ਹੋਏ। ਅਗਲਾ ਪੁੱਤਰ ਗਾਰਾ ਸੀ, ਗਾਰਾ ਜਿਹੜਾ ਇਹਦਾ ਦੂਜਾ ਨਾਂ, ਇਹਦੇ ਨਾਂ ਤੋਂ ਹੜੱਪਾ ਸ਼ਹਿਰ ਵਸਿਆ। ਅਗਲਾ ਟੈਕਸਲਾ ਸੀ, ਅਗਲਾ ਹੰਡ ਜਿਹਨੂੰ ਸੁਆਬੀ ਜਿਹਦੇ ਨਾਂ ਤੋਂ ਉਸਰਿਆ।
ਅਗਲਾ ਪੁੱਤਰ ਆਸਾਮ ਸੀ, ਅਗਲਾ ਤਾਮਲੀ ਜਿਹਨੂੰ ਤਾਮਿਲਨਾਡੂ ਦਾ ਇਲਾਕਾ ਜਿਹਨਾਂ ਆਬਾਦ ਕੀਤਾ, ਅਗਲਾ ਪੁੱਤਰ ਮੂਲਾ ਸੀ ਜਿਹਨੇ ਨਾਂ ਤੋਂ ਮੂਲਸਤਾਨ ਜਾਂ ਮੱਲਸਤਾਨ ਜਾਂ ਮੁਲਤਾਨ ਜਿਹੜਾ ਆਬਾਦ ਹੋਇਆ, ਮੁਲਤਾਨ ਦਾ ਦੂਜਾ ਨਾਂ ਕਸ਼ੇਪੁਰਾ ਵੀ ਸੀ। ਅਰਫਾ ਸਿੰਘ ਦਾ ਅਗਲਾ ਪੁੱਤਰ ਮੇਜ਼ੂ ਰਾਮ ਸੀ ਅਤੇ ਉਦੋਂ ਅਗਲਾ ਪੁੱਤਰ ਮਕਰਾਨ ਸੀ ਜਿਹਦਾ ਦੂਜਾ ਨਾਂ ਮਕਾਨ ਵੀ ਹੈ। ਉਦੋਂ ਅਗਲਾ ਪੁੱਤਰ ਉਹਦਾ ਕਰਮਾਨ ਸੀ ਜਿਹੜਾ ਸੂਬਾ ਇਰਾਨ ਦੇ ਵਿੱਚ ਕਰਮਾਨ ਸੂਬਾ ਹੈ, ਉੱਥੇ ਉਹਦੀ ਇਲਾਜ ਵਾਸਤੇ। ਅਗਲਾ ਹਨਵਾਦਰ ਸੀ ਜਿਹਦਾ ਦੂਜਾ ਨਾਂ ਗਵਾਦਰ ਹੈ। ਅਗਲਾ ਕੀ ਕਾਨ ਅਤੇ ਇਹ ਜਿਹਦੇ ਨਾਂ ਤੋਂ ਕਲਾਤ ਪਿਆ, ਅਤੇ ਅਗਲਾ ਖੁਸ਼ਦਾਰ ਅਤੇ ਅਗਲਾ ਸੀਸ ਜਿਹੜਾ ਇਰਾਨ ਦਾ ਸੂਬਾ ਸੀਸਤਾਨ ਹੈ। ਅੱਗੋਂ ਮੂਲਾ ਦੇ ਪੁੱਤਰ ਹੋਇਆ ਆਸਟੂਵਰ ਸਰਾਈ ਸਰਵਾਈ ਅਤੇ ਇਰਮ, ਅਤੇ ਅੱਗੋਂ ਇਰਮ ਦਾ ਪੁੱਤਰ ਹੋਇਆ ਊਜ਼ ਦਾ ਪੁੱਤਰ ਹੋਇਆ ਸਾਗਤ, ਸਾਗਤ ਦਾ ਵੀ ਦੂਜਾ ਨਾਂ ਇਰਮ ਸੀ, ਅਤੇ ਅੱਗੋਂ ਉਸਦਾ ਪੁੱਤਰ ਹੋਇਆ ਆਦ ਜਿਹਦਾ ਦੂਜਾ ਨਾਂ ਮੋਹਨ ਸੀ, ਮੋਹਨ ਜੋ ਦੜੋ ਔਰ ਮੋਹਨ ਕੋਟ ਜਾਂ ਰਿਨੀ ਕੋਟ ਉਹਨੇ ਉਹਦੇ ਨਾਂ 'ਤੇ ਆਬਾਦ ਹੋਇਆ। ਅੱਗੋਂ ਆਦ ਦੇ ਪੁੱਤਰ ਹੋਏ ਜਲੂਦ ਸਹਿਰੇਬ, ਸਹਿਰੇਬ ਦੀ ਨਸਲੋਂ ਨਮਰੂਦ ਬਾਦਸ਼ਾਹ ਹੈ, ਅਤੇ ਪੱਤਣ ਕਾਹੂ ਜੁਕਰ ਡੀ ਜੀ ਅਰੋੜ ਦੁਹਾਗਾ ਅਰੋੜਕਾ ਟੈਕਸਲਾ ਹਰੀ ਪੋਪੀਆ ਤਲੂੰਜਾ ਡਾਗਾ ਸ਼ਦਾਦ ਸ਼ਦੀਦ ਬਾਲਾ ਜਿਹਦੇ ਨਾਂ ਤੋਂ ਬਾਲਾਕੋਟ ਕਿਲ੍ਹੇ ਮੇਹਰ ਮੇਹਰਗੜ੍ਹ ਕਿਲ੍ਹਾ ਬਲੋਚਿਸਤਾਨ 'ਚ ਅਤੇ ਸੁਹਾਗਾ। ਅੱਗੋਂ ਇਹਨਾਂ ਵਿੱਚ ਜਲੂਦ ਦੇ ਪੁੱਤਰ ਹੋਏ ਨੇ ਬਾਹ ਅਰਨੰਦ ਛੱਲਾ ਅੰਬਰ ਬ੍ਰਹਮਾ ਸੁਹਾਗਾ ਅਤੇ ਮੋਢਾ। ਅੱਗੋਂ ਇਹਨਾਂ ਵਿੱਚੋਂ ਬਾਹ ਦਾ ਪੁੱਤਰ ਹੋਇਆ ਵਿਸ਼ਨੂ ਵੇ ਸੁਰੰਭੂ ਸ਼ੰਕਰ ਚੇਤੂ ਸੇਂਭੂ ਅਤੇ ਗੋਰਖ। ਗੋਰਖ ਦਾ ਦੂਜਾ ਨਾਂ ਹਜ਼ਰਤ ਹੂਦ ਅਲੈਹ ਸਲਾਮ ਸੀ, ਇਹ ਆਪਣੇ ਵਕਤ ਦੇ ਰਸੂਲ ਵੀ ਸਨ, ਔਰ ਪਿਸ਼ਾ ਰਾਮ ਹੀ ਇਹਨਾਂ ਦਾ ਨਾਂ ਸੀ, ਪਿਸ਼ਾਵਰ ਸ਼ਹਿਰ ਇਹਨਾਂ ਦੇ ਨਾਂ 'ਤੇ ਵਸਿਆ। ਅੱਗੋਂ ਇਹਨਾਂ ਦੇ ਯਾਨੀ ਹਜ਼ਰਤ ਹੂਦ ਅਲੈਹ ਸਲਾਮ ਦੇ ਜਾਂ ਗੋਰਖ ਜਿਹਨਾਂ ਦਾ ਦੂਜਾ ਨਾਂ ਹੈ, ਉਹਨਾਂ ਦੇ ਪੁੱਤਰ ਹੋਏ ਅਰੜ, ਅਰੜ ਦੇ ਨਾਂ 'ਤੇ ਕਿਲ੍ਹਾ ਹਰੀੜ ਦਾਦੂ ਦੇ ਵਿੱਚ ਵਸਿਆ, ਗੱਬਰ ਬੱਬਰ ਤੰਦੂਰ ਬਰਬਰਾ ਹੇਮ ਅਤੇ ਬੇਮ। ਅੱਗੋਂ ਬਰਬਰਾ ਦੇ ਪੁੱਤਰ ਹੋਏ ਅਬਰੂ ਅੱਬਰ ਅਤੇ ਅਬਰੀਨ, ਅਤੇ ਅੱਗੋਂ ਇਹਨਾਂ ਵਿੱਚੋਂ ਅਬਰੂ ਦੇ ਪੁੱਤਰ ਹੋਏ ਕੈਤਾਨ ਸੋਮ ਮਹਿਲਾ ਅਗਨੀ ਸੂਈ ਨਿਰਸਲ ਸੱਲਾ ਭੂਮੀ ਮੰਦਰ ਮਹਾਨ ਸਰੂਸ ਅਰਨੰਦ ਅਤੇ ਯਾਕੂਬ। ਅੱਗੋਂ ਇਹਨਾਂ ਵਿੱਚੋਂ ਕੈਤਾਨ ਦਾ ਪੁੱਤਰ ਹੋਇਆ ਯਕਤਾਨ ਫਲਹੀ ਸਲਹ ਅਤੇ ਯਾਰਬ। ਇਹ ਫਲਹੀ ਸਲਹ ਅਤੇ ਯਾਰਬ ਜਿਹੜੇ ਨੇ ਯਮਨ ਚਲੇ ਗਏ, ਇਹਨਾਂ ਉੱਥੇ ਸਵਾਹ ਦਾ ਮੁਲਕ ਵਸਾਇਆ। ਮਲਕਾ ਬਲਕੀਸ ਜਿਹੜੀ ਉਹ ਇਸੇ ਨਸਲੋਂ ਸੀ। ਅੱਗੋਂ ਇਹਨਾਂ ਵਿੱਚੋਂ ਯਕਤਾਨ ਦਾ ਪੁੱਤਰ ਹੋਇਆ ਸ਼ਾਹਰੁਖ ਮੰਬਾ, ਅਤੇ ਸ਼ਾਹਰੁਖ ਮੰਬੇ ਦੇ ਪੁੱਤਰ ਹੋਏ ਨੇ ਨਾਹੂਰ, ਜਿਨ੍ਹਾਂ ਦਾ ਦੂਜਾ ਨਾਂ ਹਜ਼ਰਤ ਅਯੂਬ ਅਲੈਹ ਸਲਾਮ ਅਵਲ, ਜਿਹੜੇ ਮੁਲਤਾਨ ਵਿੱਚ ਬਾਦਸ਼ਾਹ ਵੀ ਸਨ ਅਤੇ ਰਸੂਲ ਵੀ ਸਨ, ਔਰ ਮੁਲਤਾਨ ਦੇ ਬੂਹੜ ਗੇਟ ਦੇ ਅੰਦਰ ਵਾਰ ਉਹਨਾਂ ਦੀ ਕਬਰ ਹੈ। ਅੱਗੋਂ ਇਹਨਾਂ ਦੇ ਯਾਨੀ ਹਜ਼ਰਤ ਅਯੂਬ ਅਲੈਹ ਸਲਾਮ ਅਵਲ ਦੇ ਪੁੱਤਰ ਹੋਏ ਸ਼ਬਰ ਬਸ਼ਰ ਸ਼ਬੀਰ ਬਸ਼ੀਰ ਖਾਰਾਨ। ਖਾਰਾਨ ਜਿਹੜੇ ਨੇ ਅੰਮਾ ਸਾਇਰਾ ਦੇ ਵਾਲਦ ਸਨ, ਤਾਰਖ ਅਤੇ ਆਜ਼ਰ। ਅੱਗੋਂ ਤਾਰਖ ਦੇ ਪੁੱਤਰ ਹੋਏ ਇਹਨਾਂ ਵਿੱਚੋਂ ਹਜ਼ਰਤ ਇਬਰਾਹੀਮ ਅਲੈਹ ਸਲਾਮ ਅਤੇ ਫਾਊਰ ਨਾਹੂਰ ਅਤੇ ਹਾਰਾਨ। ਇਹਨਾਂ ਵਿੱਚੋਂ ਫਾਊਰ ਹਕੀਮ ਲਕਮਾਨ ਦੇ ਵਾਲਦ ਸਨ, ਹਾਰਾਨ ਹਜ਼ਰਤ ਲੂਤ ਅਲੈਹ ਸਲਾਮ ਦੇ ਵਾਲਦ ਸਨ, ਅਤੇ ਨਾਹੂਰ ਦੇ ਦੋ ਪੁੱਤਰ ਲਾਬਾਨ ਅਤੇ ਨੀਟੂਏਲ ਹੋਏ। ਲਾਬਾਨ ਦੀਆਂ ਦੋ ਧੀਆਂ ਰਾਹੀਲ ਅਤੇ ਲਈਆ ਹੋਈਆਂ, ਜਿਹੜੀਆਂ ਹਜ਼ਰਤ ਯਾਕੂਬ ਅਲੈਹ ਸਲਾਮ ਦੀਆਂ ਬੀਵੀਆਂ ਬਣੀਆਂ, ਅਤੇ ਨੀਟੂਏਲ ਦੀ ਇੱਕ ਧੀ ਬਰਮਕਾ ਹੋਈ ਜਿਹੜੀ ਹਜ਼ਰਤ ਸਾਕ ਨਾਲ ਵਿਆਹੀ ਗਈ, ਅਤੇ ਉਸ ਦੀ ਕੁੱਖੋਂ ਦੋ ਜੋੜੇ ਪੁੱਤਰ ਐਸੂ ਅਤੇ ਯਾਕੂਬ ਅਲੈਹ ਸਲਾਮ ਪੈਦਾ ਹੋਏ। ਅੱਗੋਂ ਹਜ਼ਰਤ ਇਬਰਾਹੀਮ ਅਲੈਹ ਸਲਾਮ ਜਿਹਨਾਂ ਨੂੰ ਹਿੰਦੀ 'ਚ ਬ੍ਰਹਮਾ ਕਿਹਾ ਗਿਆ, ਉਹਨਾਂ ਦੀਆਂ ਚਾਰ ਸੁਆਣੀਆਂ 'ਚੋਂ 13 ਪੁੱਤਰ ਅਤੇ ਦੋ ਧੀਆਂ ਹੋਈਆਂ। ਪਹਿਲੀ ਸੁਆਣੀ ਹਜ਼ਰਤ ਸਾਇਰਾ ਸਨ, ਜਿਹਨਾਂ 'ਚੋਂ ਪੁੱਤਰ ਹੋਏ ਹਜ਼ਰਤ ਸਾਕ ਅਲੈਹ ਸਲਾਮ, ਜਿਹਨਾਂ ਨੂੰ ਅੰਗਰ ਸੀ ਭਗਵਾਨ ਆਖਦੇ ਨੇ ਹਿੰਦੀ ਦੇ ਵਿੱਚ। ਦੂਸਰੀ ਸੁਆਣੀ ਹਾਜਰਾ ਦੀ ਕੁੱਖੋਂ ਹਜ਼ਰਤ ਇਸਮਾਈਲ ਅਲੈਹ ਸਲਾਮ ਪੈਦਾ ਹੋਏ, ਜਿਹਨਾਂ ਨੂੰ ਹਿੰਦੀ 'ਚ ਅਥਰੂ ਭਗਵਾਨ ਆਖਿਆ ਗਿਆ। ਤੀਸਰੀ ਬੀਵੀ ਜਿਹੜੀ ਕਤੂਰਾ ਦੀ ਕੁੱਖੋਂ 6 ਪੁੱਤਰ ਅਤੇ 1 ਧੀ ਲਾਲੀਬਾਈ ਹੋਈ, ਅਤੇ ਚੌਥੀ ਬੀਵੀ ਹਾਜੀਆਂ ਦੀ ਕੁੱਖੋਂ 5 ਪੁੱਤਰ ਅਤੇ 1 ਧੀ ਲਬੂਦਾ ਬਾਈ ਹੋਈ। ਅੱਗੋਂ ਜਿਹੜੇ ਨੇ ਨਾ ਜੀ ਆਪਣਾ ਹਜ਼ਰਤ ਇਸਮਾਈਲ ਅਲੈਹ ਸਲਾਮ, ਉਹਨਾਂ ਦੀਆਂ 3 ਬੀਵੀਆਂ ਸਨ,
ਹਜ਼ਰਤ ਇਸਮਾਇਲ ਨੂੰ ਹਿੰਦੀ ਜਾਂ ਥਰੂ ਭਗਵਾਨ ਆਖਿਆ ਗਿਆ। ਉਹਨਾਂ ਦੀਆਂ ਤਿੰਨਾਂ ਬੀਵੀਆਂ 'ਚ ਔਲਾਦ ਜਾਂ ਬਸ ਮਿਜ਼ਾਗ ਨਾਂ ਦੀ ਸੁਹਾਣੀ ਹੱਲ ਹੋਈ ਅਤੇ ਉਸ ਦੇ ਵਿੱਚੋਂ ਪੁੱਤਰ ਹੋਏ। ਨਿਆਬੂ ਜਿਹਨੂੰ ਕਿਰਨ ਆਖਿਆ ਗਿਆ, ਕਰਨ ਆਖਿਆ ਗਿਆ, ਮਿਸ਼ਾ ਜਿਹਨੇ ਮੱਕਾ ਵਸਾਇਆ, ਕੀਦਾਰ ਜਿਹੜੇ ਨਵੀਂ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜੱਦੇ ਅਮਜਦਾਨ, ਅਤੇ ਉਮੇਲ ਅਤੇ ਪਮੇਲ ਇਹਨਾਂ ਦੋਵਾਂ ਨੂੰ ਸਾਬਿਰਸ ਆਖਿਆ ਗਿਆ। ਰੋਹਾ, ਹਿਰਾ, ਜਤੂਰ, ਤੀਮਾ ਅਤੇ ਨਾਫਸ ਅਤੇ ਇੱਕ ਧੀ ਬਿਸਮਾ ਹੋਈ। ਬਿਸਮਾ ਜਿਹੜੀ ਹੈ ਹਜ਼ਰਤ ਸਾਖ ਦੇ ਪੁੱਤਰ ਐਸੂ ਨਾਲ ਵਿਆਹੀ ਗਈ ਅਤੇ ਉਸ ਦੀ ਕੁੱਖੋਂ ਸਲਾਤੀ ਨੇ ਰੋਮ ਦਾ ਮੋਢੀ ਜੰਮਿਆ, ਜਿਹਦਾ ਨਾਂ ਰੋਮ ਸੀ। ਅੱਗੋਂ ਨਿਆਬੂਤ ਕਿਰਨ ਦੇ ਪੁੱਤਰ ਹੋਏ ਨੇ ਉੱਤਰੀ। ਉੱਤਰੀ ਜਿਹੜਾ ਸੀ ਇਹਦਾ ਨਾਂ ਅਰਚੀ ਵੀ ਸੀ, ਸ਼ਮਾਇਲ ਵੀ ਸੀ, ਨਰਾਇਣ ਵੀ ਸੀ, ਅਤੇ ਸਿੰਧ ਬੁਲਾਏ ਤਾਰੀਆ ਜੱਟ ਦੇਸ਼ 'ਚ ਪਰਤ ਕੇ ਆ ਗਏ। ਔਰ ਇਹਨਾਂ ਦੇ ਪੁੱਤਰ ਈਲਾ ਦੇ ਹੋਏ। ਇਹਨਾਂ ਦੇ ਪੁੱਤਰ ਹੋਇਆ ਈਲਾ, ਅਰਮਾ, ਅਰੂਦ, ਨਰੀ, ਵਰੂਨ ਅਤੇ ਸਮਦਰਮਾਨ। ਇਹਨਾਂ ਦੇ ਵਿੱਚੋਂ ਨਰੀ ਜਿਹੜਾ ਸੂਰਜਵੰਸ਼ੀਆਂ ਦਾ ਮੋਢੀ ਸੀ, ਵਰੂਨ ਜਿਹੜਾ ਉਹਦੀ ਨਸਲੋਂ ਜਮਗਦਨੀ ਅਤੇ ਪਰਸ਼ੁਰਾਮ ਹਿੰਦੂਆਂ ਦਾ ਛੇਵਾਂ ਅਵਤਾਰ ਹੋਏ, ਅਤੇ ਸਮਦਰਮਾਨ ਦੀ ਨਸਲੋਂ ਚੰਦਰਮਾਨ ਜਿਹੜਾ ਭੱਟੀਆਂ ਦਾ ਜੱਟਾਂ ਦਾ ਕਬੀਲਾ ਹੈ ਉਹਦਾ ਮੁੜ ਵਜਾ। ਅੱਗੋਂ ਨਰੀ ਦਾ ਪੁੱਤਰ ਸੂਰਜ, ਸੂਰਜ ਦਾ ਕਸ਼ੇਪ, ਕਸ਼ੇਪ ਦਾ ਪੁੱਤਰ ਕਿਰਨ ਹੋਇਆ, ਕਿਰਨ ਦਾ ਫਿਰ ਕਸ਼ੇਪ ਹੋਇਆ, ਕਸ਼ੇਪ ਦਾ ਪੁੱਤਰ ਦਿਓਲ ਹੋਇਆ, ਦਿਓਲ ਦੇ ਦੋ ਪੁੱਤਰ ਹੋਏ ਨੇ ਮਨੂ ਅਤੇ ਵੱਛਾ। ਮਨੂ ਦੀ ਨਸਲੋਂ ਰਾਮ ਚੰਦਰ ਜੀ ਮਹਾਰਾਜ ਦਾ ਖਾਨਦਾਨ ਟੁਰਿਆ ਅਤੇ ਵੱਛਾ ਪਹਿਲਾਂ ਸੂਰਜਵੰਸ਼ੀ ਜੱਟ ਮਹਾਰਾਜਾ ਸੀ। ਅੱਗੋਂ ਬੱਚੇ ਦਾ ਪੁੱਤਰ ਕਛਵਾ ਹੋਇਆ, ਇਹ ਪਹਿਲੇ ਸੂਰਜਵੰਸ਼ੀ ਅਵਤਾਰ ਹੋਇਆ, ਅਤੇ ਕਛਵੇ ਦੇ ਪੁੱਤਰ ਬੁੱਧਪਾਲ, ਬੁੱਧਪਾਲ ਦਾ ਸ਼ਸ਼ਪਾਲ, ਸ਼ਸ਼ਪਾਲ ਦਾ ਹਮਸਾ ਚਾਲਕ ਹੋਇਆ, ਹਮਸਾ ਚਾਲਕ ਦਾ ਆਧੂ ਚਾਲਕ, ਆਧੂ ਚਾਲਕ ਦਾ ਨਿਰਮਲ ਚਾਲਕ, ਨਿਰਮਲ ਚਾਲਕ ਦਾ ਨਿਰਾਸ਼ਨਸ ਚਾਲਕ, ਨਿਰਾਸ਼ਨਸ ਚਾਲਕ ਦਾ ਮਹਿੰਦਰ ਚਾਲਕ, ਮਹਿੰਦਰ ਚਾਲਕ ਦਾ ਮਾਸ ਚਾਲਕ, ਅਤੇ ਮਾਸ ਚਾਲਕ ਦਾ ਪੁੱਤਰ ਮਾਲਕੂ ਚਾਲਕ, ਮਾਲਕੂ ਚਾਲਕ ਦਾ ਪੁੱਤਰ ਸੂਰਜ ਚਾਲਕ, ਸੂਰਜ ਚਾਲਕ ਦਾ ਪੁੱਤਰ ਲੀਲਾ ਚਾਲਕ, ਲੀਲਾ ਚਾਲਕ ਦਾ ਪੁੱਤਰ ਅੰਮ੍ਰਿਤ ਚਾਲਕ, ਅੰਮ੍ਰਿਤ ਚਾਲਕ ਦਾ ਗਿਆਨ ਚਾਲਕ, ਗਿਆਨ ਚਾਲਕ ਦਾ ਅਮਰ ਮੱਲ, ਅਮਰ ਮੱਲ ਦਾ ਪੁੱਤਰ ਗੁਲਾਬ ਚਾਲਕ, ਗੁਲਾਬ ਚਾਲਕ ਦਾ ਪੁੱਤਰ ਅਸ਼ਮਤ ਚਾਲਕ, ਅਸ਼ਮਤ ਚਾਲਕ ਦਾ ਪੁੱਤਰ ਬੂਰਾ ਚਾਲਕ, ਬੂਰਾ ਚਾਲਕ ਦਾ ਪੁੱਤਰ ਜ਼ਬਰ ਮੱਲ, ਜ਼ਬਰ ਮੱਲ ਦਾ ਪੁੱਤਰ ਅੰਮ੍ਰਿਤਸਰ ਰਾਜ, ਅੰਮ੍ਰਿਤਸਰ ਰਾਜ ਦਾ ਪੁੱਤਰ ਭੋਜ ਰਾਜ, ਭੋਜ ਰਾਜ ਦਾ ਪੁੱਤਰ ਸੂਰਜਮੁਖੀ ਰਾਜ, ਸੂਰਜਮੁਖੀ ਰਾਜ ਦਾ ਪੁੱਤਰ ਕਿਰਨ ਰਾਜ, ਕਿਰਨ ਰਾਜ ਦਾ ਪੁੱਤਰ ਚੰਦਰ ਸਿੰਘ ਰਾਜ, ਚੰਦਰ ਸਿੰਘ ਰਾਜ ਦਾ ਪੁੱਤਰ ਗਵਾ ਸਿੰਘ ਸੀਨ, ਗਵਾ ਸਿੰਘ ਸੀਨ ਦਾ ਪੁੱਤਰ ਬਾਲਦਾ ਸੀਨ, ਬਾਲਦਾ ਸੀਨ ਦਾ ਪੁੱਤਰ ਦੂਰਦੇਸ਼ੀ ਰਾਜ, ਦੂਰਦੇਸ਼ੀ ਰਾਜ ਦਾ ਪੁੱਤਰ ਹਮਸਾ ਸੀਨ, ਅਤੇ ਹਮਸਾ ਸੀਨ ਦਾ ਪੁੱਤਰ ਮੂਲ ਰਾਜ, ਮੂਲ ਰਾਜ ਦਾ ਪੁੱਤਰ ਚਾਲਕ ਰਾਜ, ਚਾਲਕ ਰਾਜ ਦਾ ਪੁੱਤਰ ਉਡਾਣਾ, ਉਡਾਣੇ ਦਾ ਪੁੱਤਰ ਅਰਚਕ, ਅਰਚਕ ਦਾ ਪੁੱਤਰ ਸ਼ਿਸ਼ਪਾਲ, ਸ਼ਿਸ਼ਪਾਲ ਦਾ ਪੁੱਤਰ ਕਲੀ, ਕਲੀ ਦਾ ਪੁੱਤਰ ਹੋਏ ਨੇ ਕਲਿਆਣਾ ਅਤੇ ਕਲਹੋੜਾ ਦੋ, ਅਤੇ ਇਹਦੇ 'ਚੋਂ ਕਲਹੋੜਾ ਜੱਟ ਕਬੀਲਾ ਜਿਹੜਾ ਉਹ ਵੱਖਰਾ ਹੋ ਗਿਆ, ਅਤੇ ਕਲਿਆਣੇ ਦੇ ਅੱਗੋਂ ਪੁੱਤਰ ਹੋਏ ਨੇ ਕੱਕਾ, ਕਲਪਾਲ, ਕਲਰਾ, ਕਲਪਰ ਅਤੇ ਕਾਲਾ। ਤੋ ਇਹ ਸੀ ਪਿਆਰਿਓ ਕਲਿਆਣਾ ਜੱਟ ਕਬੀਲੇ ਦਾ ਅਹਿਵਾਲ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ।